ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਸ਼ੀਕਲ ਦੀ ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਆਪਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਕਰ ਰਹੇ ਸੀ ਤੇ ਅੱਜ ਆਪਾਂ ਕਰਾਂਗੇ ਪੋਠੋਹਾਰੀ ਉਪਭਾਸ਼ਾ ਬਾਰੇ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖਿਆ ਚੈਨਲ ਦੀ ਪਲੇਲਿਸਟ ਜਾ ਕੇ ਚੈੱਕ ਕਰ ਲਿਓ ਪੋਠੋਹਾਰ ਦਾ ਇਲਾਕਾ ਪ੍ਰਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਕਿਸੇ ਵਿਦਿਆ ਕੇਂਦਰ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸਥਿਤ ਸੀ ਤੇ ਪੋਠੋਹਾਰੀ ਪਾਕਿਸਤਾਨ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਇਹ ਜੇਲਮ, 라ਵਲਪਿੰਡੀ ਤੇ ਕੈਮਲਪੁਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ ਪਹਿਲਾਂ ਕੀ ਆ ਪੋਠੋਹਾਰੀ ਪਾਕਿਸਤਾਨ ਚ ਬੋਲੀ ਜਾਂਦੀ ਪਾਕਿਸਤਾਨ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਜੇਲਮ, 라ਵਲਪਿੰਡੀ ਤੇ ਕੈਮਲਪੁਰ ਇਸ ਤੁਲਵਾਂ ਜਿਹੜੀ ਪੋਠੋਹਾਰੀ ਉਪਪਾਸ਼ਾ ਐ ਇਹਦੇ ਹੋਰ ਨਾਮ ਵੀ ਐ ਕਿਹੜੇ ਕਿਹੜੇ ਧੰਨੀ ਆਵਾਨਕਾਰੀ ਤੇ ਅੰਬੀ ਪਹਿਲਾਂ ਆਪਾਂ ਪਹਿਲੀ ਵੀਡੀਓ ਵਿੱਚ ਉਪਪਾਸ਼ਾ ਬਾਰੇ ਚ ਕੀਤਾ ਸੀ ਕਿ ਜਿਹੜੀ ਉਪਪਾਸ਼ਾ ਨੇ ਇਹਨਾਂ ਦੀ ਦੋ ਤਰ੍ਹਾਂ ਵੰਡ ਹੁੰਦੀ ਐ ਇੱਕ ਹੁੰਦੀ ਐ ਸੁਰ ਰਹਿਤ ਉਪਪਾਸ਼ਾਵਾਂ ਤੇ ਇੱਕ ਹੁੰਦੀ ਐ ਸੁਰ ਜੁਗਤ ਉਪਪਾਸ਼ਾਵਾਂ ਤੇ ਇਹ ਕਿਹੜੀ ਸੀ ਪੁਲਗੀ ਕਿ ਜ਼ਿਆਦਾ ਪੋਟੋਹਾਰੀ ਜਿਹੜੀ ਆ ਇਹ ਸੁਰ੍ਰੈਤ ਉਪਭਾਸ਼ਾ ਹੈ ਆਪਾਂ ਕਿਤੀ ਸੀ ਨਾ ਇੱਕ ਪੂਰਬੀ ਪੰਜਾਬ ਦੇ ਵਿੱਚ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਪੱਛਮੀ ਪੰਜਾਬ ਦੇ ਵਿੱਚ ਜਿਹੜੀਆਂ ਉਪਭਾਸ਼ਾ ਸੀ ਉਹ ਕੀ ਸੀ ਸੁਰ੍ਰੈਤ ਤੇ ਜਿਹੜੀਆਂ ਪੂਰਬੀ ਪੰਜਾਬ ਸੀ ਉਹ ਕਿਹੜੀਆਂ ਸੀ ਸੁਰਜੁਕਤ ਸੁਰਜੁਕਤ ਕਿਹੜੀਆਂ-ਕਿਹੜੀਆਂ ਸੀ ਮਾਝੀ ਦੁਆਬੀ ਮਲਵਈ ਤੇ ਪੁਵੱਦੀ ਤੇ ਸੁਰਰਤ ਦੇ ਵਿੱਚ ਆ ਜਾਂਦੀ ਹੈ ਪੋਟੋਹਾਰੀ ਸਰਾਇਕੀ ਤੇ ਜਿਹੜੀ ਪੋਟੋਹਾਰੀ ਫਿਰ ਕਿਹੜੀ ਹੋਗੀ ਸੁਰਰਤ ਉਪਾਸ਼ਾ ਇਸ ਤੋਂ ਬਾਅਦ ਪੋਟੋਹਾਰੀ ਉਪਾਸ਼ਾ ਦੀਆਂ ਵਿਸ਼ੇਸ਼ਤਾਵਾਂ ਪੋਟੋਹਾਰੀ ਦੇ ਵਿੱਚ ਅੱਧਕ ਦੀ ਵਰਤੋਂ ਘੱਟ ਹੁੰਦੀ ਹੈ ਜਿਵੇਂ ਅੱਧਕ ਵਾਲਾ ਸ਼ਬਦ ਹੈ ਨਾ ਰਤਾਕੂ ਤਾਂ ਪੋਟੋਹਾਰੀ ਵਾਲੇ ਬੋਲਦੇ ਆ ਰਤਾਕੂ ਕਨੌੜੇ ਦਾ ਵੀ ਘੱਟ ਪਰਜੰਗ ਹੁੰਦਾ ਪੋਟੋਹਾਰੀ ਦੇ ਵਿੱਚ ਕਨੌੜੇ ਦੀ ਜਗ੍ਹਾ ਕੀ ਲੱਗ ਜਾਂਦੀ ਹੈ ਦੁਲਾਵਾ ਜਿਵੇਂ ਚੌੜਾ ਸੋਣਾ ਨੂੰ ਕੀ ਬੋਲਦੇ ਨੇ ਜੈੜਾ ਤੇ ਸੈਣਾ ਇਸੇ ਤਰ੍ਹਾਂ ਹਾ ਹਾ ਧੁਨੀ ਦੀ ਜਿਹੜੀ ਵਰਤੋਂ ਆ ਉਹ ਜ਼ਿਆਦਾ ਹੁੰਦੀ ਹੈ ਪੋਠੋਹਾਰੀ ਦੇ ਵਿੱਚ ਜਿਵੇਂ ਉਸ ਨੂੰ ਹੋਸ ਇਸ ਨੂੰ ਹਿਸ ਇੱਕ ਨੂੰ ਹਿੱਕ ਮਤਲਬ ਹਾ ਹਾ ਦਾ ਪ੍ਰਯੋਗ ਜ਼ਿਆਦਾ ਹੁੰਦਾ ਪੋਠੋਹਾਰੀ ਵਿੱਚ ਅੰਤ ਵਿੱਚ ਹਾ ਹਾ ਧੁਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਪੋਠੋਹਾਰੀ ਉਪਭਾਸ਼ਾ ਦੇ ਵਿੱਚ ਤੇ ਨਾਸਿਕਤਾ ਤੁਨੀਆ ਅਲੋਪ ਹਨ ਜਿਵੇਂ ਕੰਗੀ ਹੁੰਦਾ ਉਹਨੂੰ ਨਾਸਿਕਤਾ ਨਹੀਂ ਬੋਲਦੇ ਕੰਗੀ ਕੱਦ ਕੰਦ ਨੂੰ ਸੰਡ ਸੱਡ ਮਤਲਬ ਅੱਦਕ ਦੀ ਵਰਤੋਂ ਜ਼ਿਆਦਾ ਹੋਗੀ ਨਾਸਿਕਤਾ ਤੁਨੀਆ ਅਲੋਪ ਹੋ ਗਈਆਂ ਸ਼ੱਸ਼ਾ ਨੂੰ ਸੱਸਾ ਵਿੱਚ ਆਮ ਬਦਲ ਕੇ ਉਚਾਰਿਆ ਜਾਂਦਾ ਹੈ ਜਿਵੇਂ ਜੇਲਮ ਦੇ ਵਿੱਚ ਛੋੜਿਆ ਛੋੜਿਆਸੂ ਤੇ ਰਾਵਲਪਿੰਡੀ ਵਿੱਚ ਛੋੜਿਆਸੂ ਇਸ ਤਰ੍ਹਾਂ ਛਸ਼ਾ ਦੀ ਥਾਂ ਤੇ ਸਸਾ ਜਿਹੜਾ ਹੈ ਉਹ ਛਸ਼ਾ ਤੇ ਸਸਾ ਦੇ ਵਿੱਚ ਬਦਲ ਜਾਂਦਾ ਹੈ ਊੜਾ ਦੀ ਥਾਂ ਤੇ ਵਉਵਾ ਦੀ ਪ੍ਰਵਿਰਤੀ ਹੈ ਊੜਾ ਕਿੰਦੇ ਚ ਬਦਲ ਜਾਂਦਾ ਹੈ ਵਉਵਾ ਵਿੱਚ ਜਿਵੇਂ ਸੌਨ ਨੂੰ ਸਾਵਨ ਖਾਣ ਨੂੰ ਖਾਵਨ ਪਰ ਚੀਨ ਵੈਦਿਕ ਭਾਸ਼ਾ ਦੇ ਸ਼ਬਦਾਂ ਦੀ ਆਮ ਵਰਤੋਂ ਹੁੰਦੀ ਹੈ ਜਿਵੇਂ ਅਚ ਗਚ ਜਗ gira ਆਦਿ ਫੋਟੋਹਰੀ ਵਿੱਚ ਜਿਵੇਂ ਊੜਾ ਬੋਵਾ ਚ ਬਦਲ ਜਾਂਦਾ ਨਾ ਇਸੇ ਤਰ੍ਹਾਂ ਹੀ ਦਦਾ ਜਿਹੜਾ ਹੈ ਉਹ ਨੰਨਾ ਦੇ ਵਿੱਚ ਬਦਲ ਜਾਂਦਾ ਜਿਵੇਂ ਖਾਂਦਾ ਹੈ ਉਹਨੂੰ ਕੀ ਬੋਲਦੇ ਖਾਨਾ ਜਾਂਦਾ ਨੂੰ ਜਾਨਣਾ ਦਦਾ ਨੰਨਾ ਦੇ ਵਿੱਚ ਬਦਲ ਜਾਂਦਾ ਹੈ ਤੇ ਜਿਹੜੀ ਅੰਤਲੀ ਵਿਅੰਜਨ ਉਹ ਲਾ ਵਰਤ ਕੇ ਉਚਾਰੇ ਜਾਂਦੀ ਹੈ ਜਿਵੇਂ ਨਾਮ ਤਾਂ ਹੈਗਾ ਮਹਿੰਦਰ ਇਸ ਨੂੰ ਕੀ ਮਹਿੰਦਰੇ ਇਸ ਤਰ੍ਹਾਂ ਲਾ ਦਾ ਪ੍ਰਯੋਗ ਜ਼ਿਆਦਾ ਕਰਦੀ ਹੈ ਹਰ ਸ਼ਬਦ ਦੇ ਲਈ ਮਹਿੰਦਰੇ ਹੱਲੇ ਹੁੱਠੇ ਪੁੱਤਰੇ ਉਸ ਤੋਂ ਬਾਅਦ ਜਿਹੜੀ ਪੜਨਾਮ ਨੇ ਮੈਨੂੰ ਤੈਨੂੰ ਉਹਦੀ ਥਾਂ ਤੇ ਜਿਹੜੇ ਪੋਠੋ ਹਾਰੀ ਵਾਲੇ ਵਰਤਦੇ ਨੇ ਮਿੱਕੀ ਮਿੱਗੀ ਮਿੰਗੀ ਤੁੱਗੀ ਤੁੱਕੀ ਮੈਨੂੰ ਤੇ ਤੈਨੂੰ ਦੀ ਥਾਂ ਤੇ ਸੰਬੰਧਕ ਕਾਰਕ ਮਾੜਾ ਮਾੜੀ ਮੇਰਾ ਦੀ ਥਾਂ ਤੇ ਸਾੜਾ ਸਾੜੀ ਅ ਸਾੜਾ ਦੀ ਥਾਂ ਤੇ ਭੂਕਵਚੀ ਕਿਰਿਆਵੀ ਰੂਪ ਸਸਾ ਦੀ ਵਰਤੋਂ ਜਿਹੜੀ ਆ ਹੁੰਦੀ ਹੈ ਜਿਵੇਂ ਹੋਸਾਂ ਦਰਸਾਂ ਤੇ ਜਿਹੜੇ ਪੋਠੋ ਹਾਰੀ ਦੇ ਵਿੱਚ ਸੰਬੰਧਕ ਨੇ ਦਾ ਦੇ ਦੀ ਉਹਨਾਂ ਦੀ ਥਾਂ ਤੇ ਨਾ ਨੇ ਤਿੰਨੀ ਦੀ ਵਰਤੋਂ ਹੁੰਦੀ ਹੈ ਪੋਠੋਹਾਰੀ ਜਿਹੜੀ ਭਾਸ਼ਾ ਇਹ ਕੀ ਆ ਸੰਯੋਗਾਤਮਕ ਜਿਵੇਂ ਸੁਤਮ ਮੈਂ ਸੁਤਤਾ ਵਨਯੋਗਾਤਮਕ ਤਾਂ ਇਹਦੇ ਵਿੱਚ ਦੇਖਣ ਨੂੰ ਸਾਨੂੰ ਨੇ ਮਿਲਦੀ ਜ਼ਿਆਦਾਤਰ ਇਹ ਕੀ ਆ ਸੰਯੋਗਾਤਮਕ ਜਿਵੇਂ ਤੁਸੀਂ ਕੀਤਾ ਕੀਤਾ ਵੋ ਮਾਰਿਅਸ ਉਸ ਮਾਰਿਆ ਮਾਰਿਆ ਨੇ ਉਹਨਾਂ ਨੇ ਮਾਰਿਆ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਸੰਜੋਗਾਤਮਕਤਾ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਪੋਠੋਹਾਰੀ ਉਪਭਾਸ਼ਾ ਇਹਦੇ ਵਿੱਚ ਜਿਹੜਾ ਸੰਯੁਕਤ ਰਾਰਾ ਓਨ ਦੀ ਵੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਸੰਯੁਕਤ ਰਾਰਾ ਕਿਵੇਂ ਜਿਹੜਾ ਪੈਰ ਦੇ ਵਿੱਚ ਆਪਾਂ ਪਾਉਨੇ ਆ ਜਿਸ ਤਰ੍ਹਾਂ ਤਿੰਨ ਆਪਾਂ ਲਿਖਣਾ ਤਾਂ ਪੋਠੋਹਾਰੀ ਵਾਲੇ ਕੀ ਲਿਖਦੇ ਨੇ ਤ੍ਰੈ ਇਸ ਤਰ੍ਹਾਂ ਜਿਵੇਂ 35 ਲਿਖਿਆ ਤਾਂ ਉਹਨੂੰ ਵੀ ਉਹ ਪੈਰ ਚਰਾਰਾ ਪਾ ਕੇ ਲਿਖਦੀ ਹੈ ਇਸ ਤਰ੍ਹਾਂ ਹੀ ਰਾਰਾ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਸੰਯੁਕਤ ਰਾਰਾ ਇਹ ਸੀ ਸਾਡੀ ਅੱਜ ਪੋਠੋਹਾਰੀ ਉਪਭਾਸ਼ਾ ਬਾਰੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਨਾਲ ਹੀ ਸ਼ੇਅਰ ਜ਼ਰੂਰ ਕਰਦਿਆ ਕਰੋ ਥੈਂਕ ਯੂ